ਪ੍ਰੋਗਰਾਮ ਅਸੀਂ ਰੱਖੀਏ ਕਿ ਬੱਚਿਆਂ ਨੂੰ ਸਾਡੇ ਇਤਿਹਾਸ ਪਤਾ ਲੱਗੇ ਕਿ ਸਾਡੇ ਇਤਿਹਾਸ ਕੀ ਹੈਗਾ ਕਿ ਕਿਉਂ ਸਾਡੇ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਏ ਕਿ ਕਿਉਂ ਗੁਰੂ ਗੋਬਿੰਦ ਸਿੰਘ ਜੀ ਨੇ ਚਾਰ ਬੱਚਿਆਂ ਨੂੰ ਕਿਉਂ ਸ਼ਹੀਦੀ ਪਾਈ ਅਸੀਂ ਸਰ ਸਾਹਿਬਜ਼ਾਦਿਆਂ ਉੱਤੇ ਮਾਫ ਕਰਨੇ ਹੈਗੇ ਆ ਬਹੁਤ ਬਹੁਤ ਧੰਨਵਾਦ ਕਰਨੇ ਹੈਗੇ ਆ ਕਿ ਸਾਡੇ ਨਾਲ ਜੁੜੇ ਹੈਗੇ ਨੇ ਏਕਮ ਸਿੱਖ ਸੁਸਾਇਟੀ ਵਾਲੇ ਸਾਡੇ ਵਿੱਚ ਆਏ ਹੋਏ ਨੇ ਪੰਜ ਮਿੰਟ ਦਾ ਟਾਈਮ ਉਹ ਆਪਣਾ ਲੈ ਕੇ ਸਰ ਸਾਹਿਬਜ਼ਾਦਿਆਂ ਦੀ ਉਹਨਾਂ ਦੇ ਸਰਵਣ ਕਰੋ ਉਸ ਤੋਂ ਬਾਅਦ ਅਸੀਂ ਬੱਚਿਆਂ ਨੂੰ ਪ੍ਰਾਈਜ਼ ਡਿਸਟ੍ਰਿਬਿਊਟ ਕਰਾਂਗੇ ਉਸ ਤੋਂ ਬਾਅਦ ਅਨੰਦ ਸਾਹਿਬ ਦਾ ਪਾਠ ਹੋਏਗਾ ਕੀਰਤਨ ਸਵੇਰੇ ਦਾ ਪਾਠ ਹੋਏਗਾ ਸਮਾਪਤੀ ਦੇ ਬਾਅਦ ਗੁਰੂ ਦਾ ਅਟੁੱਟ ਲੰਗਰ ਹੋਏਗਾ ਸਰਵ ਸਾਹਿਬਜ਼ਾਦਿਆਂ ਜੀ ਜਾ ਕੇ ਜਾਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਿ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਪਤੀ ਦਾ ਟਾਈਮ ਜ਼ਰਾ ਸਮਾਂ ਨਹੀਂ ਲਾਉਣਗੇ ਅਸੀਂ ਸਿਰਫ ਇੱਕ ਮਿੰਟ ਦੀ ਅਨਾਊਂਸਮੈਂਟ ਕਰ ਰਹੇ ਹਾਂ ਇੱਕ ਖਾਸ ਮਕਸਦ ਵਾਸਤੇ ਅਸੀਂ ਅੱਜ ਇੱਥੇ ਹੈਗੇ ਹਾਂ ਗੁਰਦੁਆਰਾ ਸਿੰਘ ਸਭਾ ਭੋਗਲ ਵਿਖੇ ਅਸੀਂ ਮੋਬਾਈਲ ਐਪਲੀਕੇਸ਼ਨ ਲਾਂਚ ਕੀਤੀ ਹੈ ਏਕਮ ਸਿੱਖ ਇਸ ਮੋਬਾਈਲ ਐਪਲੀਕੇਸ਼ਨ ਦਾ ਮਕਸਦ ਵਰਲਡ ਓਵਰ ਗਲੋਬਲੀ ਜਿੰਨੇ ਵੀ ਗੁਰਦੁਆਰਾ ਸਾਹਿਬ ਹੈ ਅਸੀਂ ਸਭ ਗੁਰਦੁਆਰਾ ਸਾਹਿਬ ਰਜਿਸਟਰ ਕਰ ਰਹੇ ਹਾਂ ਇਹ ਕਮਿਊਨੀਕੇਸ਼ਨ ਐਪ ਹੈ ਜਿਹਦੇ ਵਿੱਚ ਅਸੀਂ ਕਮਿਊਨੀਕੇਸ਼ਨ ਦਾ ਮਤਲਬ ਜਿਵੇਂ ਡਿਵਿਨਿਟੀ ਕਮਿਊਨੀਕੇਸ਼ਨ ਜਿਹੜੀ ਗੁਰਦੁਆਰਾ ਸਾਹਿਬ ਤੋਂ ਸੰਗਤ ਨੂੰ ਜਾਏਗੀ ਜਿਵੇਂ ਗੁਰਦੁਆਰਾ ਸਾਹਿਬ ਵਿੱਚ ਹੋ ਰਹੇ ਸਮਾਗਮ ਲਾਈਵ ਟੈਲੀਕਾਸਟ ਆਡੀਓ ਵੀਡੀਓ ਇਸ਼ਤਿਹਾਰ ਹੋਰ ਜਾਣਕਾਰੀ ਇਨੀਸ਼ੀਏਟਿਵ ਜੋ ਗੁਰਦੁਆਰਾ ਮੈਨੇਜਮੈਂਟ ਕਰਦੀ ਹੈ ਜੋ ਸੰਗਤ ਨੂੰ ਮਿਲੇਗਾ ਉਹ ਸਭ ਅਸੀਂ ਇਸ ਐਪਲੀਕੇਸ਼ਨ ਰਾਹੀਂ ਲੈ ਸਕਦੇ ਹਾਂ ਡੈਡੀਕੇਟਿਡ ਸਿਰਫ ਧਾਰਮਿਕ ਐਪਲੀਕੇਸ਼ਨ ਹੈ ਅਸੀਂ ਇਹ ਛੋਟੇ ਪੈਂਪਲੇਟ ਵੀ ਤੁਹਾਨੂੰ ਨਾਲ ਦੇ ਰਹੇ ਜਿਹਦੇ ਪੂਰਾ ਪ੍ਰੋਸੀਜਰ ਲਿਖਿਆ ਤੁਸੀਂ ਕਿਵੇਂ ਡਾਊਨਲੋਡ ਕਰਨੀ ਹੈ ਰਜਿਸਟਰ ਕਰਨਾ ਹੈ ਖਾਲਸਾ